ਸਤਿਗੁਰ ਜੀ ਸਾਰਿਆਂ ਨੂੰ ਸੋਨ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਸਾਡੇ ਨਾਲ ਪਤੰਤੇ ਬੀ ਐਬੀ ਸੀ ਜਾਂ ਫਿਰ ਡੀ ਕਰਨਾ ਚਾਹੁੰਦੇ ਹੋ 353 326 2335 ਤੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਆਪਣੀਆਂ ਲਾਈਵ ਕਲਾਸਾਂ ਤੁਸੀਂ ਬੁੱਕ ਕਰ ਸਕਦੇ ਹੋ ਅੱਜ ਇਟਲੀ ਦੇ ਵਿੱਚ ਜੇ ਕੇਸਾਂ ਦੀ ਗੱਲ ਕਰੀਏ ਤਾਂ 96384 ਇਹਨਾਂ 134 ਮਰੀਜ਼ਾਂ ਦੀ ਮੌਤ ਹੋਈ ਹੈ 94462 ਜਿਹੜੇ ਮਰੀਜ਼ ਠੀਕ ਹੋਏ ਨੇ ਜੇ ਦੇਖੀਏ ਪੰਜ ਸਟੇਟਾਂ ਜਿਨ੍ਹਾਂ ਚ ਵਾਧਾ ਆਏ ਨੇ ਕੇਸ ਲੋੰਬਰ ਦੀ ਹੈ ਜਿਹਦੇ ਵਿੱਚ 13000 ਕੇਸ ਆਇਆ ਕੰਪਨੀਆਂ ਦੇ ਵਿੱਚ 11.5 ਹਜ਼ਾਰ ਬੇਨੇ ਤੋਂ ਵਿੱਚ 9100 ਲਾਸੀ ਦੇ ਵਿੱਚ 85 ਤੋਂ ਤੇ ਪੂਲੀਆ ਦੇ ਵਿੱਚ 8037 ਨਵੇਂ ਕੇਸ ਰਜਿਸਟਰ ਹੋਇਆ 391000 ਜਿਹੜੇ ਟੈਸਟ ਕੀਤੇ ਗਏ ਨੇ ਤਾਸੋ ਦੀ ਪੋਜ਼ਿਟਿਵਿਟੀ ਜਿਹੜੀ 24.65 ਚੱਲ ਰਹੀ ਸੀ ਅੱਜ ਦੀ ਖਬਰਾਂ ਵੱਲ ਵਧਣ ਤੋਂ ਪਹਿਲਾਂ ਇੱਕ ਗੱਲ ਜੋ ਸਾਡੇ ਤੱਕ ਪਹੁੰਚੀ ਹੈ ਟਿਕਟੌਕ ਰਾਹੀਂ ਸਾਡੇ ਤੱਕ ਵੀਡੀਓ ਪਹੁੰਚੀ ਜਿਹਦੇ ਵਿੱਚ ਦੱਸਿਆ ਗਿਆ ਕਿ ਇੱਕ ਪੰਜਾਬੀ ਵੀਰ ਜੋ ਸਰਬੀਆ ਤੋਂ ਡਾਂਕੀ ਲਾ ਕੇ ਇਟਲੀ ਦੇ ਵਿੱਚ ਆਇਆ ਤੇ ਬਰੇਸ਼ੀਆ ਦੇ ਕਿਸੇ ਗੁਰੂ ਘਰ ਗੁਰਦੁਆਰਾ ਸਾਹਿਬ ਦੇ ਵਿੱਚ ਉਹਨੇ ਰਾਤ ਨੂੰ ਸ਼ਰਨ ਮੰਗੀ ਕਿ ਮੇਰੀ ਰਾਤ ਕਟਾ ਦਿਓ ਤੇ ਇਸ ਟਾਈਮ ਨਾਮ ਨਹੀਂ ਦੱਸਿਆ ਗਿਆ ਕਿ ਆਪਣਾ ਗੁਰੂ ਘਰ ਜਾਂ ਫਿਰ ਗੁਰਦੁਆਰਾ ਸਾਹਿਬ ਕਿਹੜੇ ਸਨ ਕਿ ਰਾਤ ਨੂੰ ਉਸ ਪੰਜਾਬੀ ਵੀਰ ਨੂੰ ਉੱਥੇ ਰਹਿਣ ਦੇ ਲਈ ਮਨਾ ਕਰ ਦਿੱਤਾ ਗਿਆ ਕਿ ਰਹਿ ਨਹੀਂ ਸਕਦੇ ਤੇ ਉਸ ਤੋਂ ਬਾਅਦ ਕੀ ਹੁੰਦਾ ਜੀ ਉਹ ਮੁੰਡਾ ਰਾਤ ਜਿਹੜੀ ਆਪਣੀ ਬਾਹਰ ਘਟਦਾ ਦਿਨ ਰਾਤ ਦਾ ਜਿਹੜੀ ਬਾਹਰ ਘਟਦਾ ਸੌਂਦਾ ਤੇ ਉੱਥੇ ਜਿਹੜੇ ਕੁਝ ਚੋਰ ਉਹ ਚੱਕੇ ਸਨ ਜੋ ਕਿ ਸ਼ਾਇਦ ਕਾਲੇ ਸਨ ਉਹਨਾਂ ਨੇ ਉਸ ਮੁੰਡੇ ਦੇ ਨਾਲ ਕੁੱਟਮਾਰ ਕੀਤੀ ਜਿਹੜਾ ਉਹਦੇ ਕੋਲ ਸਮਾਨ ਸੀ ਉਹ ਵੀ ਖੋਲਿਆ ਫਿਲਹਾਲ ਇਸ ਜਿਹੜੀ ਨਿਊਜ਼ ਦੀ ਅਸੀਂ ਪੋਸਟ ਨਹੀਂ ਕਰਦੇ ਕਿਉਂਕਿ ਮੰਨਣਾ ਥੋੜਾ ਜਿਹਾ ਮੁਸ਼ਕਲ ਆ ਕਿ ਕਿਸੇ ਆਪਣਾ ਕਿਸੇ ਗੁਰੂ ਗੁਰਦੁਆਰੇ ਸਾਹਿਬ ਦੇ ਵਿੱਚ ਜਾਂ ਫਿਰ ਗੁਰੂ ਘਰ ਦੇ ਵਿੱਚ ਕਿਸੇ ਦਾ ਬੰਦੇ ਨੂੰ ਐਂਟਰੀ ਨਾ ਦਿੱਤੀ ਹੋਵੇ ਪਰ ਗੱਲ ਇਹ ਵੀ ਆ ਕਿ ਅਸੀਂ ਪ੍ਰਬੰਧਕ ਜਿਹੜੀਆਂ ਕਮੇਟੀ ਪ੍ਰਬੰਧਕ ਨੇ ਜਾਂ ਫਿਰ ਗੁਰਦੁਆਰਾ ਸਾਹਿਬ ਦੀ ਇੱਕ ਇਹ ਵੀ ਮਜਬੂਰੀ ਹੋ ਸਕਦੀ ਹੈ ਜੇਕਰ ਗੱਲ ਸੱਚੀ ਵੀ ਹੋਵੇ ਕਿ ਸ਼ਾਇਦ ਬਿਨਾ ਪੇਪਰਾਂ ਤੋਂ ਜੇਕਰ ਬੰਦਾ ਕਿਸੇ ਧਾਰਮਿਕ ਸਥਾਨ ਦੇ ਵਿੱਚ ਫੜ ਹੋ ਜਾਂਦਾ ਤਾਂ ਉਸ ਧਾਰਮਿਕ ਸਥਾਨ ਤੇ ਵੀ ਸ਼ਾਇਦ ਕੋਈ ਐਕਸ਼ਨ ਆ ਸਕਦਾ ਪਰ ਰਾਤ ਨੂੰ ਉਹਨੂੰ ਸ਼ਰਨ ਨਹੀਂ ਦੇਣੀ ਤੇ ਉਹ ਬਾਹਰ ਉਹਦੇ ਨਾਲ ਕੁਝ ਵੀ ਹੋ ਸਕਦਾ ਹੈ ਇਹ ਸ਼ਾਇਦ ਜਿਹੜੀ ਗੱਲ ਗਲਤ ਹੋ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਪੋਸਟੀ ਜ਼ਰੂਰ ਕਮੈਂਟ ਕਰਕੇ ਇਹ ਵੀ ਦੱਸਣ ਜੇਕਰ ਤੁਹਾਡੇ ਜਾਣ ਪਛਾਣ ਦੇ ਵਿੱਚ ਬਰੇਸ਼ਿਆ ਦੇ ਕਿਸੇ ਗੁਰੂ ਘਰ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਹੋਈ ਹੈ ਕਿ ਬੰਦਾ ਰਾਤ ਨੂੰ ਆਇਆ ਹੋਵੇ ਕਿ ਮੇਰੀ ਰਾਤ ਘਟਾ ਦਿਓ ਤੇ ਘਟਾ ਦਿੱਤੀ ਜਾਵੇ ਤੇ ਉਹਨੂੰ ਬਾਹਰ ਕੱਢ ਦਿੱਤਾ ਹੋਵੇ ਤੈਨੂੰ ਅਸੀਂ ਨਹੀਂ ਇੱਥੇ ਰਾਤ ਨਹੀਂ ਰੱਖ ਸਕਦੇ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਫਿਰ ਇੱਕ ਵਾਰ ਫੇਰ ਦੱਸਦੇ ਹਾਂ ਇਸ ਗੱਲ ਦੀ ਅਸੀਂ ਪੋਸਟ ਹੀ ਨਹੀਂ ਕਰਦੇ ਪਰ ਇਹ ਥੋੜਾ ਜਿਹਾ ਮੰਨਣ ਮੰਨਣ ਵਾਲੀ ਗੱਲ ਮੁਸ਼ਕਲ ਆ ਪਰ ਜੇਕਰ ਇਦਾਂ ਹੋਇਆ ਤਾਂ ਬਹੁਤ ਹੀ ਮਾੜਾ ਤੇ ਬਹੁਤ ਹੀ ਗਲਤ ਹੋਇਆ ਕਿਉਂਕਿ ਰਾਤ ਨੂੰ ਬੰਦੇ ਦੀ ਜਾਨ ਵੀ ਜਾ ਸਕਦੀ ਜਿਸ ਹਿਸਾਬ ਨਾਲ ਚੋਰ ਅਚਕਕੇ ਥੇਟਲੀ ਦੇ ਵਿੱਚ ਘੁੰਮ ਰਹੇ ਨੇ ਸਭ ਤੋਂ ਪਹਿਲੇ ਅਪਡੇਟ ਵੱਲ ਜਾਂਦੇ ਹਾਂ ਜੀ ਸਭ ਤੋਂ ਪਹਿਲਾ ਅਪਡੇਟ ਆ ਰਿਹਾ ਜੀ ਇੱਕ ਔਰਤ ਜੋ ਕਿ ਪ੍ਰੈਗਨੈਂਟ ਸੀਗੀ ਇੱਕ ਪ੍ਰੈਗਨੈਂਟ ਔਰਤ ਜੋ ਆਪਣੇ ਲਾਸਟ ਲੀ ਸਟੇਜ ਦੇ ਵਿੱਚ ਲਾਸਟਲੇ ਦਿਨਾਂ ਦੇ ਵਿੱਚ ਸੀਗੀ ਉਹਨੇ ਉਹਨਾਂ ਦਿਨਾਂ ਦੇ ਵਿੱਚ ਕੀ ਖਾਦਾ ਮੀਟ ਖਾਦਾ ਇੱਕ ਵਾਰ ਤੋਂ ਮੀਟ ਖਾਦਾ ਉਸ ਤੋਂ ਬਾਅਦ ਉਹਨੇ ਉਹਦੀ ਡਿਲੀਵਰੀ ਹੋਈ ਤੇ ਬੱਚੇ ਨੂੰ ਇੱਕ ਰੇਅਰ ਕਿਸਮ ਦਾ ਡਿਜ਼ੀਜ਼ ਹੋਇਆ ਉਹਦੀ ਚੈਕਿੰਗ ਹੋਈ ਬੱਚੇ ਦੀ ਤਉਨੂੰ ਪੁੱਛਿਆ ਵੀ ਇਹਨਾਂ ਦਿਨਾਂ ਦੇ ਵਿੱਚ ਇਦਾਂ ਦੀ ਕੋਈ ਚੀਜ਼ ਕੋਈ ਫੈਮਿਲੀ ਦੇ ਵਿੱਚ ਪ੍ਰੋਬਲਮ ਆਈ ਸੀ ਉਹਨੇ ਕਿਹਾ ਨਹੀਂ ਪਰ ਮੈਂ ਸਿਰਫ ਇੱਕ ਨਵੀਂ ਚੀਜ਼ ਕੀਤੀ ਹੈ ਫਲਾਨੇ ਜਿਹੜੇ ਆ ਰੈਸਟੋਰੈਂਟ ਤੋਂ ਜਾ ਕੇ ਪ੍ਰਾਤੋ ਦੀ ਇਹ ਬਸੇ ਖਬਰ ਆ ਹਸਪੀਟਲ ਜੀ ਸੰਤੋਸ ਤੇ ਫਨੋ ਪ੍ਰਾਤੋ ਦੇ ਵਿੱਚ ਕਹਿੰਦੀ ਮੈਂ ਫਲਾਨੀ ਜਗ੍ਹਾ ਤੇ ਜਾ ਕੇ ਇੱਕ ਰੈਸਟੋਰੈਂਟ ਸੀ ਜਿੱਥੋਂ ਮੈਂ ਜਾ ਕੇ ਚੀਨਾ ਕੀਤਾ ਹੀ ਤੇ ਔਸਤਰੀਕੇ ਜਿਹੜੇ ਕੁਰੂ ਦੇ ਮੀਟ ਦੇ ਨਾਲ ਖਾਦੇ ਸਨ ਉਹਨਾਂ ਨੇ ਸਾਰੀ ਡਿਟੇਲ ਦੇਖੀ ਕਹਿੰਦੇ ਵੀ ਸ਼ਾਇਦ ਸ਼ੱਕ ਹੋ ਸਕਦਾ ਡਾਕਟਰਾਂ ਨੇ ਆਜ਼ਲ ਨਾਲ ਕੰਟੈਕਟ ਕੀਤਾ ਆਜ਼ਲ ਵਾਲੇ ਜਿਹੜੇ ਉਸ ਰੈਸਟੋਰੈਂਟ ਤੇ ਛਾਪਾ ਮਾਰਨ ਗਿਆ ਤੇ ਛਾਪਾ ਮਾਰਨ ਤੋਂ ਬਾਅਦ ਕੀ ਪਤਾ ਲੱਗਦਾ ਕਿ ਉਸ ਰੈਸਟੋਰੈਂਟ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਖਾਣ ਪੀਣ ਦਾ ਸਾਮਾਨ ਬਹੁਤ ਹੀ ਗਲਤ ਤਰੀਕੇ ਦੇ ਨਾਲ ਰੱਖਿਆ ਹੋਇਆ ਸੀ ਆਦੇ ਜਿਸ ਨਾਲ ਉਹਨਾਂ ਦਾ 500 ਕਿਲੋ ਜਿਹੜਾ ਮਾਲ ਉਹਨਾਂ ਨੇ ਜ਼ਬਤ ਕਰ ਲਿਆ ਇਸ ਟਾਈਮ ਇਹਨਾਂ ਦਿਨਾਂ ਦੇ ਵਿੱਚ ਆਪਣੇ ਕੋਵਿਡ ਤੋਂ ਬਾਅਦ ਲਾਕਡਾਊਨ ਤੋਂ ਬਾਅਦ ਬਹੁਤ ਸਾਰੇ ਰੈਸਟੋਰੈਂਟਾਂ ਦੇ ਕੇਸ ਜ਼ਿਆਦਾਤਰ ਇਟਾਲੀਅਨ ਦੇ ਸੁਣਨ ਦੇ ਵਿਚਾਰ ਨੇ ਇਦਾਂ ਦੇ ਆ ਰਹੇ ਨੇ ਜਿੱਤੇ ਖਾਣ ਪੀਣ ਦਾ ਸਾਮਾਨ ਸਹੀ ਤਰੀਕੇ ਦੇ ਨਾਲ ਨਹੀਂ ਰੱਖਿਆ ਹੁੰਦਾ ਤੇ ਬੰਦਿਆਂ ਨੂੰ ਫਿਰ ਨੁਕਸਾਨ ਹੁੰਦਾ ਜੀ ਸਾਰੇ ਰੈਸਟੋਰੈਂਟਾਂ ਦੀ ਗੱਲ ਨਹੀਂ ਕਰਦੇ ਅਸੀਂ ਕਿਸੇ ਕਿਸੇ ਦੀ ਕਰ ਰਹੇ ਹਾਂ ਵਿਚੈਂਸਾ ਦੇ ਵਿੱਚ ਇੱਕ ਘਟਨਾ ਵਾਪਰੀ ਹੈ ਜੀ ਵਿਚੈਂਸਾ ਦੇ ਵਿੱਚ ਈਜ਼ੂਲਾ ਵਿਚਿੰਟੀਨਾ ਪਿੰਡ ਜਾਂ ਸ਼ਹਿਰ ਦਾ ਨਾਂ ਜਿੱਥੇ 15 ਜੁਲਾਈ ਦਿਨ ਸ਼ੁੱਕਰਵਾਰ ਨੂੰ ਕੀ ਹੁੰਦਾ ਜੀ ਇੱਕ ਬੰਦਾ ਬੈਗਗਰ ਪਾਰਿਆ ਹੁੰਦਾ ਜਿਸ ਟਾਈਮ ਉਹ ਗੱਡੀ ਨੂੰ ਬੈਗ ਕਰ ਰਿਹਾ ਹੁੰਦਾ ਤੇ ਉਸ ਦੀ ਜਿਹੜੀ ਘਰ ਵਾਲੀ ਵੀ ਪਿੱਛੇ ਖੜੀ ਹੈ ਤੇ ਉਹਨੂੰ ਪਤਾ ਨਹੀਂ ਲੱਗਦਾ ਤੇ ਗੱਡੀ ਉਹਦੇ ਉੱਤੋਂ ਝਾੜ ਦਿੰਦਾ ਜਦੋਂ ਗੱਡੀ ਘਰ ਵਾਲੀ ਤੇ ਚਾੜ ਦਿੰਦਾ ਤੇ ਗੱਡੀ ਚੜਨ ਦੇ ਨਾਲ ਹੀ ਉਹ ਮੌਕੇ ਤੇ ਹੀ ਉਹਦੇ ਸਾਹ ਨਿਕਲ ਜਾਂਦੇ ਆ ਐਂਬੂਲੈਂਸ ਆਂਦੀ ਆ ਪਰ ਉਹ ਕਹਿੰਦਾ ਵੀ ਮੈਨੂੰ ਪਤਾ ਨਹੀਂ ਸੀਗਾ ਵੀ ਮੇਰੇ ਮੇਰੀ ਜਿਹੜੀ ਘਰ ਵਾਲੀ ਪਿੱਛੇ ਆ ਤੇ ਮੈਂ ਤਾਂ ਨਾਰਮਲ ਜਿਹੜਾ ਗੱਡੀ ਨੂੰ ਪੈਕਿੰਗ ਕਰ ਰਿਹਾ ਇਹ ਬਹੁਤ ਵਾਰ ਇਦਾਂ ਹੁੰਦਾ ਐਕਸੀਡੈਂਟ ਆ ਬੈਗ ਜਦੋਂ ਬੰਦੇ ਗੱਡੀ ਕਰ ਰਹੇ ਉਸ ਵੇਲੇ ਹੋ ਜਾਂਦੇ ਕਈ ਵੇਲੇ ਬੰਦਾ ਸੱਜੇ ਦੇਖਦਾ ਖੱਬੇ ਦੇਖਦਾ ਜਾਂ ਕਈ ਵੇਲੇ ਕਿਸੇ ਪਾਸੇ ਸੋਰਸ ਦੇ ਵਿੱਚ ਹੁੰਦਾ ਤੇ ਸਲਾਹ ਇਹੀ ਹੈ ਜੀ ਜਦੋਂ ਮਾਰਕੀਟਾਂ ਦੇ ਵਿੱਚ ਜਾਓ ਤੁਹਾਡੇ ਘਰ ਵਾਲੇ ਗੱਡੀਆਂ ਵਾਪਸ ਕਰਨ ਤਾਂ ਗੱਡੀਆਂ ਦੇ ਪਿੱਛੇ ਨਾ ਹੋਵੋ ਦੂਸਰਾ ਨੰਬਰ ਕੋਈ ਵੀ ਬੰਦਾ ਗੱਡੀ ਬੈਕ ਕਰ ਰਿਹਾ ਤਾਂ ਉਸ ਤੋਂ ਸਾਈਡ ਤੇ ਹੋ ਜਾ ਹੋ ਸਕਦਾ ਜੀ ਕਿ ਉਹ ਬੰਦੇ ਦਾ ਧਿਆਨ ਭਟ ਗਿਆ ਹੋਵੇ ਜਾਂ ਹੋ ਸਕਦਾ ਉਹਨੇ ਤੁਹਾਨੂੰ ਨਾ ਦੇਖਿਆ ਹੋਵੇ ਸੱਜੇ ਦੇਖਣ ਵੇਲੇ ਉਹਨੇ ਖੱਬੇ ਦੇਖ ਲਿਆ ਹੋਵੇ ਇਸ ਤਰ੍ਹਾਂ ਦੇ ਜਿਹੜੀਆਂ ਸਾਵਧਾਨੀਆਂ ਸਾਨੂੰ ਵਰਤਣੀਆਂ ਚਾਹੀਦੀਆਂ ਇੰਗਲੈਂਡ ਦੇ ਵਿੱਚ ਇੱਕ ਨਵਾਂ ਅਪਡੇਟ ਹੈ ਇਸ ਟਾਈਮ ਚੱਲ ਰਿਹਾ ਜੀ ਇੰਗਲੈਂਡ ਦਾ ਜਿਹੜਾ ਇਹ ਕੇਅਰ ਰਿਪੋਰਟ ਆ ਉਸ 에ਅਰਪੋਰਟ ਦੇ ਜਿਹੜਾ ਬਹੁਤ ਇਹਨਾਂ ਦਿਨਾਂ ਦੇ ਵਿੱਚ ਚਰਚਾ ਦੇ ਵਿੱਚ ਆ ਹੀਥਰੋ ਦਾ ਇਸ 에어ਪੋਰਟ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੀਆਂ ਫਲਾਈਟਾਂ ਕੈਨਸਲ ਹੋ ਰਹੀਆਂ ਆਪਾਂ ਤੁਹਾਨੂੰ ਦੱਸਦੇ ਕਿ ਇਹਨਾਂ ਦਿਨਾਂ ਦੇ ਵਿੱਚ ਕਾਫੀ ਜੜੀਆਂ ਕੰਪਨੀਆਂ ਆਪਣੀਆਂ ਫਲਾਈਟਾਂ ਜਿਹੜੀਆਂ ਕੈਨਸਲ ਕਰ ਰਹੀਆਂ ਨੇ ਪਰ ਇਸ 에어ਪੋਰਟ ਵਾਲੇ ਹੁਣ ਜਿਹੜੇ 에ਮੀਰੇਟਸ ਵਾਲੇ ਆ ਇਹਨਾਂ ਨੂੰ ਵੀ ਕਹਿ ਰਹੇ ਨੇ ਆਪਣੀਆਂ ਜਿਹੜੀਆਂ ਫਲਾਈਟਾਂ ਉਹਨਾਂ ਨੂੰ ਕੈਨਸਲ ਕਰੋ ਰੈਡ ਕਰੋ ਕੈਨਸਲ ਕਰੋ ਤੇ easyjet ਵਾਲਿਆਂ ਤਾਂ ਕੈਨਸਲ ਕਰਤੀਆਂ ਕਾਫੀ ਹੱਦ ਤੱਕ ਹੁਣ ਇਹ ਇਹਨਾਂ ਨੂੰ ਵੀ ਕਹਿ ਰਿਹਾ ਕਾਰਨ ਕੀ ਹੈ ਇਹ ਕਹਿ ਰਹੇ ਨੇ ਜੀ ਕਿ ਸਭ ਤੋਂ ਪਹਿਲਾਂ ਤਾਂ ਇੱਕ ਦਿਨ ਦੇ ਵਿੱਚ 1 ਲੱਖ ਤੋਂ ਬੰਦਾ ਨਹੀਂ ਰੱਖਣਾ ਇੱਕ ਦਿਨ ਦੇ ਵਿੱਚ 1 ਲੱਖ ਤੋਂ ਵੱਧ ਆਵਾਜਾਈ ਨਾ ਹੋਵੇ। ਦੂਸਰੇ ਨੰਬਰ ਤੇ ਇਹ ਕਹਿ ਰਿਹਾ ਅਸਲ ਦੇ ਵਿੱਚ ਮੇਨ ਕਾਰਨ ਇਹ ਆ ਜੀ ਇੰਗਲੈਂਡ ਦੇ 에어ਪੋਰਟ ਤੇ ਹੀਥਰੋ ਦੇ 에어ਪੋਰਟ ਦੇ ਉੱਤੇ ਇਹਨਾਂ ਦੇ ਕੋਲ ਬੰਦਿਆਂ ਨੂੰ ਸਾਂਭਣ ਦੇ ਲਈ ਬੰਦੇ ਹੀ ਹਨ ਜਿਹੜੇ ਮੈਂਬਰ ਹੁੰਦੇ ਆ ਦੇਖਦੇ ਆ ਚੈੱਕ ਕਰਦੇ ਹੁੰਦੇ ਆ। ਇਹ ਕਹਿੰਦੇ ਜੀ ਇਹਨਾਂ ਕੋ ਨਹੀਂ ਹੈਗਾ ਤੇ 에ਮੀਰੇਟਸ ਵਾਲਿਆਂ ਨੂੰ ਇਹਨਾਂ ਨੇ ਕਿਹਾ ਵੀ ਤੁਹਾਡਾ ਕੋ 36 ਘੰਟੇ ਦਾ ਟਾਈਮ ਆਪਣੇ ਆਂ। ਜ਼ਿਆਦਾ ਫਲਾਈਟਾਂ ਕੈਨਸਲ ਕਰ ਦੋ ਜਾਂ ਫਿਰ ਆਪਣੇ ਜਿਹੜੇ ਬੰਦੇ ਆ ਉਹ ਲਿਆਣੇ ਘਟਾ ਦਿਓ। ਇਹ ਕੰਮ ਚੱਲ ਰਹਿ ਨੇ ਅੱਜਕੱਲ ਇਹਨਾਂ ਦਿਨਾਂ ਦੇ ਵਿੱਚ ਉਸ ਤੋਂ ਬਾਅਦ ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ ਅਗਲਾ ਅਪਡੇਟ ਫਰਾਂਸ ਤੋਂ ਬਾਰੇ ਜਿੱਥੇ ਇੱਕ 7 ਸਾਲ ਦੇ ਬੱਚੇ ਤੇ ਉਸਦੇ 24 ਸਾਲ ਦੀ ਭੈਣ ਦੀ ਹੋਈ ਮੌਤ ਮੌਤ ਦਾ ਕਾਰਨ ਕੀ ਹੈ ਜੀ ਫਰਾਂਸ ਦੇ ਵਿੱਚ ਚੱਲ ਰਿਹਾ ਸੀ ਨੈਸ਼ਨਲ ਫੈਸਤਾ ਨੈਸ਼ਨਲ ਜਿਹੜੀ ਛੁੱਟੀ ਹੈ ਸੀ ਕਹਿੰਦੇ ਇੱਕ ਹੌਲੀਡੇ ਹੈ ਸੀਗਾ ਉਹਨੂੰ ਮਨਾ ਰਹੇ ਸਨ ਤੇ ਫੌਕੇ ਦੀ ਆਰਤੀ ਫੀਚਰ ਜਿਹੜੇ ਹੁੰਦੇ ਆ ਫੁੱਲ ਝੜੀਆਂ ਹੋ ਗਈਆਂ ਆਤਿਸ਼ਵਾਜੀਆਂ ਜਿਹੜੀਆਂ ਉਸਮਾਨ ਵੱਲੋਂ ਚਲਣੀਆਂ ਪਰ ਉੱਥੇ ਕੁਝ ਐਦਾਂ ਦੀ ਕੋਈ ਗੱਲਬਾਤ ਕੁਝ ਗੜਬੜ ਹੋ ਜਾਂਦੀ ਹੈ ਜਿਸ ਕਾਰਨ ਆਤਿਸ਼ਵਾਦੀਆਂ ਜਿਹੜੀਆਂ ਉੱਤੇ ਨੂੰ ਜਾਣ ਦੀ ਬਜਾਏ ਜਿਹੜੀ ਉੱਥੇ ਭੀੜ ਖੜੀ ਹੁੰਦੀ ਆ ਉਹਨਾਂ ਵੱਲ ਨੂੰ ਚੱਲ ਪੰਦੀਆਂ ਨੇ ਤੇ ਉੱਥੇ 7 ਸਾਲ ਦੇ ਸਾਢੇ 7 ਸਾਲ ਦੇ ਬੱਚੇ ਦੀ ਅਤੇ ਉਸਦੀ 24 ਸਾਲ ਦੀ ਭੈਣ ਜੋ ਕਿ ਇਹ ਆਤਿਸ਼ਵਾਦੀਆਂ ਸਮਾਨ ਦੇ ਵਿੱਚ ਚੱਲਣ ਆਣੀਆਂ ਦੇਖਣ ਆਏ ਸਨ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਉੱਥੇ ਇੱਕ ਬਿਸਪੋਰਟ ਧਮਾਕਾ ਹੁੰਦਾ ਉਸ ਤੋਂ ਬਾਅਦ ਗੱਲ ਕਰਦੇ ਹਾਂ ਬਰੇਸ਼ਿਆ ਦੇ ਵਿੱਚ ਬਰੇਸ਼ਿਆ ਦੁਆਰ ਹੈ ਜੀ ਇੱਕ ਨਵਾਂ ਅਪਡੇਟ ਕਸਟਲ ਜਿਉਂਨੇ ਦਲਸਤੀ ਵੀਡੀਓ ਦੇ ਵਿੱਚ ਇੱਕ ਤੋ ਰੈਨ ਤੇਰੀ ਵਾਲੇ ਕਸੀ ਘਰ ਸਾਦ ਦੀ ਇੱਕ ਨਹਿਰ ਆ ਇੱਕ ਬਈ ਆ ਉਹਦੇ ਉਸ ਦੇ ਵਿੱਚ ਖੂਨ ਹੀ ਖੂਨ ਵਹਿ ਰਿਆ ਸੀ ਲੋਕਾਂ ਨੇ ਜਦੋਂ ਦੇਖਿਆ ਵੀ ਇੰਨਾ ਖੂਨ ਕਿੱਥੋਂ ਆ ਗਿਆ ਜਿਹੜਾ ਰੰਗ ਲਾਲ ਕਿਦਾਂ ਹੋ ਗਿਆ ਇਸ ਨਹਿਰ ਬਈ ਕਹ ਲੋ ਜਾਂ ਨਹਿਰ ਕਹ ਲੋ ਕਿ ਅਸਲ ਦੇ ਵਿੱਚ ਹੋਇਆ ਕੀ ਆ ਤੇ ਉਸ ਤੋਂ ਬਾਅਦ ਪੁਲਿਸ ਵਾਲਿਆਂ ਵਾਲੇ ਦੋਲੇ ਪਹੁੰਚੇ ਤੇ ਇਹਨਾਂ ਨੂੰ ਲੱਗਾ ਵੀ ਇਹ ਵੈਸੇ ਹੀ ਘਟਨਾ ਜਿਹੜੀ ਆ ਸੋਮਵਾਰ ਦੀ ਆ ਸੋਮਵਾਰ ਦੀ ਘਟਨਾ ਜਿਹੜਾ ਪਿਛਲਾ ਨੰਗਿਆ ਤੇ 11:00 ਵਜੇ ਦੀ ਇਹ ਘਟਨਾ ਕਹਿ ਰਹੇ ਨੇ ਕਿ ਕਿਸੇ ਨੇ ਕਿਸੇ ਨੇ ਨਹੀਂ ਬਹੁਤ ਸਾਰੇ ਲੋਕਾਂ ਨੇ ਉਸ ਬਈ ਦੇ ਕੋਲ ਨਹਿਰ ਦੇ ਕੋਲ ਕੋਈ ਸੇ ਜਾਨਵਰ ਦਾ ਕਤਲ ਕੀਤਾ ਜਾਨਵਰ ਨੂੰ ਮਾਰਿਆ ਜਾਂ ਕੁਝ ਵੀ ਸੀ ਗਿਆਸਨ ਜਾਨਵਰ ਨੂੰ ਮਾਰਿਆ ਤੇ ਉਸ ਤੋਂ ਬਾਅਦ ਉਹਨੂੰ ਵਿੱਚ ਸਿੱਡ ਦਿੱਤਾ ਤੇ ਹੁਣ ਇਨਕੁਆਰੀ ਚੱਲ ਰਹੀ ਹੈ ਜੀ ਜਿਹੜੇ ਵੀ ਇਸ ਨਹਿਰ ਦੇ ਨੇੜੇ ਤੇ ਡੇ ਸਨ ਵੀਡੀਓ ਕੈਮਰੇਆਂ ਦੇ ਵਿੱਚ ਆਏ ਹੁਣ ਸਾਰਿਆਂ ਦੀ ਇਨਕੁਆਰੀ ਹੋਏਗੀ ਤੇ ਉਹਨਾਂ ਨੂੰ ਜੁਰਮਾਨੇ ਵੀ ਹੋ ਸਕਦੇ ਉਸ ਤੋਂ ਬਾਅਦ ਇੱਕ ਹੋਰ ਬਹੁਤ ਵੱਡਾ ਅਪਡੇਟ ਆ ਰਿਹਾ ਇਟਲੀ ਦੇ ਵਿੱਚ ਵੈਸਟ ਨਾਈਲਡ ਨਾਮ ਦਾ ਜਿਹੜਾ ਕੇਸ ਆ ਪਹਿਲਾ ਆ ਚੁੱਕਾ ਜੀ ਪੂਰੇ ਯੂਰਪ ਦੇ ਵਿੱਚ ਪਹਿਲਾ ਕੇਸ ਆ ਯੂਰਪ ਦੇ ਵਿੱਚ ਇਟਲੀ ਚਾ ਇਟਲੀ ਦੇ ਵਿੱਚ ਪਾਦ ਵਿੱਚ ਆਇਆ ਜਿਹੜਾ ਇਹ ਕੇਸ ਇਟਲੀ ਦੇ ਵਿੱਚ ਆਇਆ ਇਹਨਾਂ 2018 ਦੇ ਵਿੱਚ ਵੀ ਮੌਤਾਂ ਹੋਈਆਂ ਸਨ ਦੱਸਿਆ ਜਾ ਰਿਹਾ ਹੈ ਕਿ 19 ਬੰਦਿਆਂ ਦੀ ਮੌਤ ਹੋਈ ਸੀ 2018 ਦੇ ਵਿੱਚ ਹੁਣ ਇਸ ਟਾਈਮ ਵੈਨੇਟੋ ਦੇ ਵਿੱਚ ਤੇ ਇਹ ਮੱਛਰ ਦੇ ਨਾਲ ਇਹ ਦੇ ਨਾਲ ਮੱਛਰ ਲੜਨ ਦੇ ਨਾਲ ਜਿਹੜਾ ਇਹ ਵਾਇਰਸ ਆ ਫੈਲਦਾ ਤੇ ਬਹੁਤ ਹੀ ਡਰਾਵਣੀ ਅਸੀਂ ਗੱਲ ਕਹਿ ਸਕਦੇ ਮੱਛਰ ਦੇ ਨਾਲ ਬੰਦਿਆਂ ਦੀ ਮੌਤ ਹੋ ਜਾਂਦੀ ਹੈ ਮੱਛਰ ਲੜਦੇ ਨਾਲ ਇਸ ਟਾਈਮ ਵੈਨੇ ਤੋਂ ਬਾਦੋਬਾ ਦੇ ਵਿੱਚ ਇਹ ਵਾਇਰਸ ਘੁੰਮ ਰਿਹਾ ਦੱਸਿਆ ਜਾ ਰਿਹਾ ਹੈ ਮਿਲੀਆ ਰូមਾਨੀਆ ਲੁੰਬਰਦੀਏ ਦੇ ਵਿੱਚ ਵੀ ਇਹ ਮੱਛਰ ਘੁੰਮਦਾ ਹੋ ਸਕਦਾ ਵਿਚੈਂਸਾ ਦੇ ਵਿੱਚ ਪਹਿਲਾ ਜੁਰਮਾਨਾ ਹੋਇਆ ਜੀ ਦੱਸਿਆ ਜਾ ਰਿਹਾ ਹੈ ਕਿ ਇੱਕ ਜ਼ਿਲਾ ਧਰਿਆ ਆਈਸਕ੍ਰੀਮ ਵੇਚਣ ਵਾਲੇ ਨੇ ਮਾਸਟਰ卡ਡ ਲੈਂਡ ਤੋਂ ਮਨਾ ਕਰ ਦਿੱਤਾ ਜੀ ਉਸ ਤੋਂ ਬਾਅਦ ਉਸ ਨੂੰ ਫਿਰਤੀ ਯਾਰ ਉਹਦਾ ਜੁਰਮਾਨਾ ਕਰਨਾ ਪਿਆ ਰੋਵੈਨਾ ਦੇ ਵਿੱਚ ਇੱਕ ਚੋਰ ਜਿਸ ਨੇ ਲਾਸਟਲੀ 6 ਮਹੀਨਿਆਂ ਦੇ ਵਿੱਚ ਚੋਰੀਆਂ ਕੀਤੀਆਂ ਨੇ ਕਾਫੀ ਕਦੇ 600 ਲੈ ਜਾਂਦਾ ਚੱਕ ਕੇ ਕਦੇ 700 ਲੈ ਜਾਂਦਾ ਚੱਕ ਕੇ ਇਹ ਉਹ ਚੋਰ ਆ ਜੀ ਜਿਹੜਾ ਫੜ ਹੀ ਨਹੀਂ ਹੋ ਰਿਹਾ ਦੱਸਿਆ ਜਾ ਰਿਹਾ ਕਿ ਤਕਰੀਬਨ 70 ਤੋਂ ਵੱਧ ਡਾਕੇ ਸਟੋਰ ਨੇ ਮਾਰਦੇ ਤੇ ਲਾਸਟ ਲਿਸ਼ 6 ਘੰਟਿਆਂ ਦੇ ਵਿੱਚ ਕੈਮਰੇ ਦੇ ਮੋਰੇ ਖੜ ਕੇ ਕੈਮਰੇ ਵਾਲਿਆਂ ਨੂੰ ਸਸਰੀਕਾਲ ਬੁਲਾ ਕੇ ਜਾਂਦਾ ਕੈਮਰਿਆਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਸਹੀ ਬੁਲਾ ਲਿਆ ਅੱਛਾ ਇਟਲੀ ਦੇ ਵਿੱਚ ਇੱਕ ਗੁੱਡ ਨਿਊਜ਼ ਆ ਰਹੀ ਹੈ ਹੋਏ ਆ ਜੀ ਕਿ ਅਲਜਰੀਆ ਤੋਂ ਆ ਰਹੀ ਹੈ ਜੀ 4000 ਕਰੋੜ ਕਣ ਗੈਸ ਉਹ ਜਿਹੜੀ ਜ ਕਣ ਮੀਟਰ ਗੈਸ ਆਣੀ ਹੈ ਇਟਲੀ ਦੇ ਵਿੱਚ 2022 ਦੇ ਵਿੱਚ ਤੇ ਇਹਦੇ ਨਾਲ ਇਟਲੀ ਨੂੰ ਬਹੁਤ ਫਾਇਦਾ ਹੋਣਾ ਰਸ਼ੀਆ ਤੇ ਜਿਹੜਾ ਨਿਰਭਰਤਾ ਇਟਲੀ ਦੀ ਘਟ ਜਾਣੀ ਹੈ ਇਟਲੀ ਦੇ ਵਿੱਚ ਸਰਕਾਰ ਦਾ ਪੈ ਗਿਆ ਪਟਾਕਾ ਸਰਕਾਰ ਦਾ ਪਟਾਕਾ ਕੁਝ ਇਸ ਤਰ੍ਹਾਂ ਵੀ ਆ ਜੀ ਕਿ ਇਟਲੀ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਇਟਲੀ ਦੇ ਜਿਹੜੇ ਪ੍ਰੀਮੀਅਰ ਮਾਰੀਓ ਦਰਾਗੀ ਆ ਜਿਹੜੇ ਪ੍ਰੈਜ਼ੀਡੈਂਟ ਤੇ ਜਲ ਕੌਂਸੀਲ ਜੀ ਉਹਨਾਂ ਨੇ ਆਪਣਾ ਦੇ ਦਿੱਤਾ ਅਸਤੀਫਾ ਦੇ ਦਿੱਤਾ ਜੀ ਕਿ ਮੈਂ ਨਹੀਂ ਇਸ ਦੇਸ਼ ਨੂੰ ਚਲਾ ਸਕਦਾ ਇਟਲੀ ਦੇ ਜਿਹੜੇ ਰਾਸ਼ਟਰਪਤੀ ਆ ਆਪਣੇ ਸਰ ਜੋ ਮੱਤਰੈਲਜੀ ਉਹ ਵੀ ਗੇਮ ਖੇਡ ਗਏ ਉਹਨਾਂ ਨੇ ਗੇਮ ਕੀ ਖੇਡੀ ਉਹ ਕਹਿੰਦੇ ਮੈਂ ਤੇਰਾ ਅਸਤੀਫਾ ਨਹੀਂ ਲੈਣਾ ਤੂੰ ਆਪਣੇ ਬੰਦਿਆਂ ਦੇ ਨਾਲ ਇੱਕ ਵਾਰ ਫੇਰ ਗੱਲ ਕਰਕੇ ਆ ਜੇ ਦੂਜੀ ਵਾਰ ਆਉਂਗਾ ਤਾਂ ਫੇਰ ਮੈਂ ਤੇਰਾ ਅਸਤੀਫਾ ਲੈ ਲਵਾਂਗਾ ਹੁਣ ਅੱਜ ਸ਼ਾਮ ਨੂੰ 8 ਵਜੇ ਤੋਂ ਬਾਅਦ ਇਹਨਾਂ ਦੀ ਮੀਟਿੰਗ ਆ ਫੇਰ ਜਿਹੜੀ ਇਹਨਾਂ ਦੀ ਆ ਕੱਲ ਨੂੰ 3 ਵਜੇ ਮੀਟਿੰਗ ਆ ਉਧਰ ਜੇਕਰ ਕੋਣ ਤੇ ਆਪਣਾ ਬੰਦਿਆਂ ਦਾ ਆਪਣਾ ਜਿਹੜਾ ਸਮਰਥਨ ਵਾਪਸ ਲੈ ਲੈਂਦਾ ਤਾਂ ਸਰਕਾਰ ਦਾ ਸੱਚੀ ਪਟਾਕਾ ਬਹਿ ਜਾਣਾ 17 ਮਹੀਨੇ ਹੋ ਗਏ ਜਿਹੜੀ ਸਰਕਾਰ ਚੱਲ ਰਹੀ ਹੈ ਜੀ 17 ਮਹੀਨੇ ਤੋਂ ਬਸ ਇਹਨਾਂ ਦੇ ਇਹੀ ਰਹਿੰਦਾ ਜੀ ਪਤਾ ਨਹੀਂ ਕਿਹੜੇ ਬਿਲੇ ਇਹਨਾਂ ਨੇ ਇੱਕ ਦੂਜੇ ਨਾਲ ਲੜ ਪਾਣਾ ਇਹਨਾਂ ਨੇ ਸਰਕਾਰ ਸਿੱਟਦਣੀ ਸਰਕਾਰ ਡਿਗਣ ਦਾ ਨੁਕਸਾਨ ਕੀ ਹੋਊ ਸਾਦਾ ਸਰਕਾਰ ਡਿਗਣ ਦਾ ਨੁਕਸਾਨ ਬੋਨਸਾਂ ਤੇ ਪੈਸਾ ਦਾ ਸਰਕਾਰ ਡਿਗਣ ਦਾ ਨਵੇਂ ਜਿਹੜੇ ਆ ਆਪਣੇ ਪੇਪਰ ਖੁੱਲਣੇ ਉਹਨਾਂ ਤੇ ਪੈਸਾ ਦਾ ਕਿਉਂਕਿ ਸੈਨ ਕਰਨੇ ਆ ਉਹਨਾਂ ਨੇ ਦੁਬਾਰਾ ਮੰਤਰੀ ਰੱਖੋਗੇ ਹੋਰ ਰੱਖੋਗੇ ਜਦੋਂ ਸਰਕਾਰ ਬਦਲਨੀ ਆ ਸਾਰੇ ਬੰਦੇ ਬਦਲਨੇ ਆ ਨੋਰਮਲ ਜੀ ਗੱਲ ਆ ਹਰ ਇੱਕ ਚੀਜ਼ ਲਈ ਟਾਈਮ ਵੱਧ ਜਾਣਾ ਤੇ ਫਿਲਹਾਲ ਜੇ ਸਰਕਾਰ ਨਹੀਂ ਬਦਲਦੀ ਫਿਰ ਕੁਝ ਨਹੀਂ ਹੁੰਦਾ ਜੇਕਰ ਸਰਕਾਰ ਬਦਲ ਲੈਂਦੀ ਹੈ ਥੋੜਾ ਥੋੜਾ ਮਹੀਨਾ ਮਹੀਨਾ ਡੇ ਡੇ ਦੋ ਦੋ ਮਹੀਨਾ ਹਰ ਇੱਕ ਚੀਜ਼ ਲੇਟ ਹੋ ਜਾਣੀ ਹੈ ਤੇ ਬਾਕੀ ਜਿਹੜੇ ਪੇਪਰ ਨਿਕਲਦੇ ਆ ਉਹਨਾਂ ਚ ਕੋਈ ਪ੍ਰੋਬਲਮ ਨਹੀਂ ਪੈਣੀ ਨੈਸ਼ਨਲਿਟੀਆਂ ਦੇ ਵਿੱਚ ਸ਼ਾਇਦ ਪ੍ਰੋਬਲਮ ਪੈ ਸਕਦੀ ਆ ਜਿਹੜੇ ਬੰਦਿਆਂ ਨੂੰ ਨੈਸ਼ਨਲਿਟੀਆਂ ਮਿਲਣੀਆਂ ਜਿਨ੍ਹਾਂ ਦੇ ਦੋ ਮੰਨ ਦੇ ਲਾਸਟ ਤੇ ਪਹੁੰਚੋ ਸਾਈਨ ਹੋ ਗਿਆ ਨੇ ਇਹਨਾਂ ਤੇ ਮਾੜਾ ਮੋਟਾ ਅਸਰ ਪੈਣਾ ਹੋਰ ਕੁਝ ਨਹੀਂ ਪੈਣਾ ਬਾਕੀ ਇਹ ਸਿਰਫ ਇਹ ਸਿਰਫ ਡਰਾਮੇ ਹੀ ਕਰਦੇ ਆ ਜੀ ਤਕਰੀਬਨ ਹਰ ਦੋ ਕੁ ਸਾਲਾਂ ਬਾਅਦ ਇਹਨਾਂ ਨੂੰ ਉਹ ਇੱਕ ਕੀੜਾ ਜਾਂ ਜਾਗਦਾਨਾਂ ਦੇ ਵਿੱਚ ਫੌਰਨ ਜੀ ਫੁੱਟਦੀ ਆ ਕਿ ਮੜ ਜੇ ਮਨੋਰੰਜਨ ਕਰੀਏ ਹੁਣ ਕੋਰੋਨਾ ਘਟ ਗਿਆ ਤੇ ਇਹਨਾਂ ਨੇ ਹੋਰ ਮਨੋਰੰਜਨ ਜਿਹੜਾ ਸ਼ੁਰੂ ਕਰ ਲਿਆ ਇਹ ਸਾਨੂੰ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਮਿਲਾਂਗੇ ਤੁਹਾਡੇ ਨਾਲ ਅਗਲੇ ਅਪਡੇਟ ਦੇ ਵਿੱਚ ਉਹਨਾਂ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੌਣ ਲਈ ਹੀ ਟਾਲੀਨ ਖਬਰਾਂ ਤੇ ਇੱਕ ਵੀ ਸਿਗਨਲ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ